ਹੋ ਦਿਲ ਦੀਆਂ ਗੱਲਾਂ ਕਰਾਂਗਾ ਤੇਰੇ ਨਾਲ ਬਹਿ ਕੇ। ਓਹੋ ਉਹ ਬਿਕਰਾ, ਕਿਹੜੀਆਂ ਦਿਲ ਦੀਆਂ ਗੱਲਾਂ ਤਾਂ ਕਿਹਦੇ ਨਾਲ ਕਰਨੀਆਂ? ਅਮੈਰੀਕਾ ਦੇ ਵਿੱਚ ਇਹੀ ਸਭ ਤੋਂ ਵੱਡਾ ਪੰਗਾ ਹੈਗਾ ਕਿ ਇਕੱਲੇ ਬੰਦੇ ਨੂੰ ਗੱਲਾਂ ਕਰਨ ਵਾਲਾ ਕੋਈ ਨਹੀਂ ਮਿਲਦਾ, ਗੱਲਾਂ ਆਪੇ ਹੀ ਕਰਨੀਆਂ ਪੈਂਦੀਆਂ। ਆਪੇ ਹੀ ਆਪਣੇ ਆਪ ਨੂੰ ਸਤਿ ਸ਼੍ਰੀ ਅਕਾਲ ਬੁਲਾ ਲਈ, ਆਪੇ ਹੀ ਆਪਣੇ ਆਪ ਨਾਲ ਗੱਲਾਂ ਕਰ ਲਈਆਂ। ਚੱਲ ਬਈ ਬਿਕਰ ਸਿਆਂ ਰੋਟੀ ਬਣਾ ਲਾ, ਚੱਲ ਬਈ ਬਿਕਰ ਸਿਆਂ ਰੋਟੀ ਖਾ ਲਾ, ਬਸ ਚਲੋ ਕੋਈ ਗੱਲ ਨਹੀਂ। ਖੈਰ ਰੋਟੀ ਦਾ ਜਿਗਾੜ ਪਹਿਲਾਂ ਕਰੀਏ, ਖਾਣ ਦਾ ਤਾਂ ਬਾਅਦ ਹੀ ਗੱਲ ਹੈ। ਮੇਰਾ ਫੋਨ ਕਿੱਥੇ ਕਿਤੇ ਚੋਰੀ ਤਾਂ ਨਹੀਂ ਹੋ ਗਿਆ? ਹੈਗਾ 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 ਹੈਗਾ। ਜਨਾਬ ਨੂੰ ਪੁੱਛੀਏ ਵੀ ਕੰਮ ਕੀ ਕਰਨਾ। ਜੈ ਹਿੰਦ ਜਨਾਬ, ਦਿਸ ਇਜ਼ ਦਾ ਬਿਕਰ ਵਾਸ਼ਰ ਇਨ ਇੰਗਲੈਂਡ ਆਫ ਦਾ ਯੂ ਐੱਸ ਏ ਐਂਡ ਦਾ ਯੂ ਕੇ ਆਫ ਦਾ ਸਨ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 ਸ
ਤੇ ਉਹਦੇ ਨੇੜੇ ਤੇੜੇ ਹੀ ਆ, ਜਿਹੜਾ ਉਹ ਝਾਂਜਰਾਂ ਦੀ ਛਣਕਾਰ ਵਰਗਾ ਨਾਮ ਸ਼ਹਿਰ ਹੈ ਨਹੀਂ, ਉਹ ਆਹਾਇਓ ਦੇ ਵਿੱਚ ਛਣ 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 ਕਰਤੀ ਵਾਲਾ ਉਹ, ਹਾਂਜੀ ਹਾਂਜੀ ਸਿਨਸਿਨਾਟੀ, ਹਾਂਜੀ ਸਿਨਸਿਨਾਟੀ ਦੇ ਕੋਲੇ ਪੈਂਦਾ ਜੀ ਇਹ ਮਿਆਮੀ ਵਰਗ ਬਰਗਰ ਨਹੀਂ ਜਨਾਬ ਬਰਗ ਬਰਗ, ਹਾਂ ਓਹਾਇਓ ਦੇ ਵਿੱਚ। ਹਾਂਜੀ ਜੀ ਮੈਂ ਕਰੀ ਐਂਡ ਗ੍ਰਿਲ 'ਚ ਪਹੁੰਚਿਆ ਇੱਥੇ ਜੀ, ਮੁਗਲਈ ਕੁਜ਼ੀਨ ਆਫ ਇੰਡੀਆ, ਅਤੇ ਅੱਜ ਇਹਨਾਂ ਕੋਲ ਕਰਦੇ ਹਫ਼ਤਾ ਵਸੂਲੀ। ਬੰਦੇ ਕਹਿੰਦੇ ਬਹੁਤ ਚੰਗੇ ਨੇ ਜਨਾਬ, ਬੰਦੇ ਇੱਥੇ ਇੰਨੇ ਵਧੀਆ ਟੱਕਰ ਦਿੰਦੇ, ਕਈਆਂ ਨੂੰ ਤਾਂ ਦਿਲ ਕਰਦਾ ਯਾਰ ਵੀ ਰੋਟੀ ਖਾ ਕੇ ਪੱਲਿਓਂ ਪੈਸੇ ਦੇ ਕੇ ਆਵਾਂ, ਪਰ ਮੈਂ ਦਿੰਦਾ ਨਹੀਂ ਤਾਂ ਕਿ ਪੁਲਿਸ ਦੀ ਬੇਇੱਜ਼ਤੀ ਨਾ ਹੋਵੇ ਇਹ 'ਚ, ਹਾਂ ਪੁਲਿਸ ਬਦਨਾਮ ਨਾ ਹੋਵੇ ਵੀ ਕਿਤੇ ਪੁਲਿਸ ਪੈਸੇ ਦੇਣ ਲੱਗ ਪਈ ਲੋਕਾਂ ਨੂੰ। ਹਾਂਜੀ ਹਾਂਜੀ ਜੇ ਪੁਲਿਸ ਦਾ ਪੈਸੇ ਦੇਣ ਲੱਗ ਪਈ ਲੋਕਾਂ ਨੇ ਅਗਲੀਆਂ ਪਿਛਲੀਆਂ ਕਸਰਾਂ ਸਾਰੀਆਂ ਕੱਢ ਦੇਣੀਆਂ। ਹਾਂਜੀ ਹਾਂਜੀ ਅਤੇ ਜਨਾਬ ਕਰੀ ਐਂਡ ਗ੍ਰਿਲ ਮੇਰੇ ਸਾਹਮਣੇ ਹੀ ਆ, ਹਾਂਜੀ ਹਾਂਜੀ ਆਹ ਸਾਹਮਣੇ ਕੋਨੇ 'ਤੇ ਹੀ ਆ ਹਾਈਵੇ 'ਤੇ ਜਮਾਂ, ਠੀਕ ਹੈ ਮੈਂ ਦੇਖਦਾ ਜੀ ਕਰੀ ਐਂਡ ਗ੍ਰਿਲ ਇਨ ਦਾ ਮਿਆਮੀ ਬਰਗ ਫਿਸਟਾ ਲੇਨ ਫਿਸਟਾ। ਓਕੇ ਓਕੇ ਜੀ। ਕਰੀ ਐਂਡ ਗ੍ਰਿਲ ਪਹੁੰਚ ਗਏ ਹਾਂ, ਲੰਚ ਬਫੇ ਵਗੈਰਾ ਹੈਗਾ, ਫਾਈਨ ਇੰਡੀਅਨ ਕੁਜ਼ੀਨ ਹੈ, ਅਤੇ ਨਾਲ ਦੀ ਨਾਲ ਨਾਓ ਹਾਇਰਿੰਗ ਵੀ ਆ ਅਪਲਾਈ ਵਿਦ ਇਨ, ਜਾਣੀ ਕਿ ਬਿਕਰ ਬਾਦਸ਼ਾਹ ਪੁਲਿਸ ਦੀ ਨੌਕਰੀ ਝੋਲ ਚਾਲ ਹੁੰਦੀ ਹੈ ਤਾਂ ਇੱਥੇ ਨੌਕਰੀ ਕਰ ਸਕਦੇ ਹਾਂ, ਪਰ ਤੇਥੋਂ ਹੋਣੀ ਨਹੀਂ। ਦਿਲ ਦੀਆਂ ਗੱਲਾਂ ਕਰਾਂਗੇ ਨਾਲ ਨਾਲ ਬਹਿ ਕੇ ਹਰੀ ਵਰਮਾ ਦੇ, ਦਿਲ ਦੀਆਂ ਗੱਲਾਂ ਓਹੋ ਭਾਰਾ ਵਾ, ਨਹੀਂ ਤਾਂ ਮੇਰੇ ਘਰ ਪਿਆ ਵੀ ਸੋਹਣਾ ਲੱਗਣਾ ਸੀ ਦੋਵੇਂ ਜੋੜੀ ਜਿਹੜੀ ਹੈਗੀ ਆ। ਲੈ ਵੀ ਬਿਕਰਾ ਚੱਲ ਵੀ ਅੰਦਰ ਦੇਖ ਕੀ ਨਜ਼ਾਰਾ, ਦਿਲ ਦੀਆਂ ਗੱਲਾਂ, ਲੈ ਵੀ ਦਿਲ ਦੀਆਂ ਗੱਲਾਂ ਕਰਨ ਲਈ ਤਿਆਰ ਹੋ ਜਾ ਬਿਕਰ ਬਾਦਸ਼ਾਹ। ਬੱਲੇ 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 ਬਹਿਜਾ ਬਹਿਜਾ ਕਰਾਈ ਪਈ ਹੈ। ਹੈਲੋ ਭਾਈ, ਕਮਾਲ ਦੀ ਗੱਲ ਹੈ ਜੀ, ਦੇਖੋ ਗੋਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਸਿਖਾਈ ਹੈ, ਥੈਂਕ ਯੂ ਵੈਰੀ ਮੱਚ, ਐਂਡ ਦਿਸ ਇਜ਼ ਦਾ ਬਿਕਰ ਬਾਦਸ਼ਾਹ ਇੰਡੀਅਨ ਕੋਪ। ਓ ਸੋ ਵਟ ਇਜ਼ ਯੂਅਰ ਨੇਮ? ਮਾਈ ਨੇਮ ਇਜ਼ ਅਯਨ ਜੀ। ਓ ਨਾਈਸ ਨੇਮ, ਨਾਈਸ ਲਵਲੀ ਨੇਮ। ਸੋ ਆਈ ਐਮ ਹੇਅਰ ਟੂ ਈਟ ਸਮਥਿੰਗ ਫੂਡ। ਯੈਸ ਫਰੀ? ਐਬਸੋਲੂਟਲੀ। ਯੂ ਕੈਨ ਪੇ ਫਾਰ ਮੀ ਟੂਡੇ? ਯੈਸ ਯੈਸ ਸਰ। ਥੈਂਕ ਯੂ ਵੈਰੀ ਮੱਚ। So, I want to meet Mr. Harry Verma. He's in. Oh, Mr. Verma. Verma. Verma Saab. Verma Saab. He can give me money some? No. No? Oh, ਇਹ ਤਾਂ ਕੰਮ ਖਰਾਬ ਹੀ ਹੈ। ਚਲੋ ਜੀ ਖੈਰ ਦੇਖਦੇ ਹਾਂ, ਪਹਿਲਾਂ ਬੜਾ ਵਧੀਆ ਰੈਸਟੋਰੈਂਟ ਬਣਾਇਆ ਇੱਧਰ ਸਾਰਾ ਕੁਛ, ਅਤੇ ਬੋਫੇ ਵੀ ਲੱਗੇ ਹੋਏ ਨੇ। ਵਾਹ ਵਾਹ, ਇੱਧਰ ਕਰਦੇ ਹਾਂ ਗੱਲਬਾਤ ਜੀ। ਹੈਲੋ, ਥੈਂਕ ਯੂ। ਹੈਲੋ ਜੀ, ਮੈਂਗੋ ਲੱਸੀ ਪੀਓ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਪੰਜਾਬ ਦੀ ਲੱਸੀ ਜਿਹੜੀ ਉਹ ਤਾਂ ਉਹਦੇ ਨਾਲ ਦਾ ਨਜ਼ਾਰਾ ਤਾਂ ਕਿੱਥੇ ਆਉਣਾ, ਪਰ ਤੁਸੀਂ ਪੀਓ ਮੈਂ, ਥੈਂਕ ਯੂ। ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਨਾਂ ਜੀ ਆਪਣਾ? ਜਗਤਾਰ ਸਿੰਘ ਜੀ। ਇਹ ਨਾਂ ਸੁਣਿਆ ਸੁਣਿਆ ਲੱਗਦਾ ਕਿਤੇ, ਉਹ ਅੱਛਾ ਉਹ ਨਹੀਂ ਨਹੀਂ ਮੇਰੇ ਭਰਾ ਦਾ ਹੀ ਨਾਂ ਜੀ, ਜਗਤਾਰ ਜੱਗੀ ਆ, ਜਸ ਪੰਜਾਬੀ ਦੇ ਕੰਮ ਕਰਦਾ। ਹਾਂ ਹਾਂ ਉਹ ਤੁਹਾਡਾ ਸਰਨਾਮੀ ਹੈ, ਪਰ ਇਹਦਾ ਮਤਲਬ ਜਗਤਾਰ ਬੰਦੇ ਚੰਗੇ ਵੀ ਹੁੰਦੇ ਤੁਹਾਡੇ ਵਾਂਗੂ। ਅੱਛਾ, ਉਹ ਨਹੀਂ ਠੀਕ ਹੈਗਾ, ਉਹ ਲੋਕਾਂ ਕੋਲ ਪੈਸੇ ਪੂਸੇ ਲੈ ਲੈਂਦਾ ਜੀ, ਮੁੜਦਾ ਨਹੀਂ ਮੁੜ ਕੇ।
ਐਦਾਂ ਹੀ ਆ ਜੀ ਕਦੇ ਵਾਹ ਪਿਆ ਤੇ ਬਚ ਕੇ ਰਹੋ ਉਹਦੇ ਕੋਲ ਅੱਛਾ ਹਾਂਜੀ ਜਗਤਾਰ ਜੱਗੀ ਕੋਲ ਚਲੋ ਦੇਖਦੇ ਆ ਹਾਂਜੀ ਠੀਕ ਹੈ ਅੱਛਾ ਕੀ ਕਰਦੇ ਆਪਣੇ ਇੱਥੇ ਸ਼ੁਗਲ ਮਿਲਾ ਜਗਤਾਰ ਭਾਜੀ ਅਸੀਂ ਜੀ ਗੈਸ ਸਟੇਸ਼ਨ ਬਿਜ਼ਨਸ ਆ ਅੱਛਾ ਜੀ ਹਾਂਜੀ ਤੇ ਅੱਜ ਆਏ ਹੋ ਇੱਥੇ ਕਰੀ ਐਂਡ ਗ੍ਰਿਲ ਦੇ ਵਿੱਚ ਨਜ਼ਾਰੇ ਬੰਨੇ ਪਏ ਆ ਹੈਰੀ ਸਾਹਿਬ ਨੇ ਹਾਂਜੀ ਹਾਂਜੀ ਪੂਰੀ ਰੌਣਕ ਲਾਈ ਆ ਜੀ ਪੂਰੀ ਰੌਣਕ ਲਾਈ ਵੈਸੇ ਵੀ ਰੌਣਕੀ ਬੰਦੇ ਨੇ ਬਹੁਤ ਵਧੀਆ ਬੰਦੇ ਨੇ ਬਹੁਤ ਜ਼ਿਆਦਾ ਜੀ ਅਤੇ ਕਿਹੜੀ ਚੀਜ਼ ਇਹਨਾਂ ਦੀ ਸਪੈਸ਼ਲਿਸਟ ਇੱਥੇ ਹੈਗੀ ਸ਼ਾਹੀ ਪਨੀਰ ਜੀ ਅੱਛਾ ਜੀ ਚਿਕਨ ਟਿੱਕਾ ਬਾਕੀ ਮੈਂਗੋ ਲੱਸੀ ਤੁਸੀਂ ਸਰਵ ਕਰੇ ਦਿੱਤੀ ਆ ਵੈਸੇ ਪਹਿਲੀ ਵਾਰੀ ਦੇਖਿਆ ਪੁਲਿਸ ਪਰ ਇਹ ਮੈਨੂੰ ਇਹ ਨਹੀਂ ਸਮਝ ਆਈ ਜੀ ਮੈਂ ਸਰਵ ਚਲੋ ਜੀ ਮਾੜਾ ਮੋਟਾ ਤਾਂ ਕਰਨਾ ਪੈਂਦਾ ਨਾ ਫਿਰ ਕੁਛ ਪਾਉਣ ਲਈ ਕੁਛ ਤਾਂ ਕਰਨਾ ਪੈਂਦਾ ਨਾ ਅੱਛਾ ਅੱਛਾ ਇਹ ਇਹਨੂੰ ਛਤਰੀ ਕਿਉਂ ਦਿੱਤੀ ਹੋਈ ਹੈ ਤੇ ਮੈਨੂੰ ਇਹ ਨਹੀਂ ਸਮਝ ਆਈ ਇਹ ਇਹਨਾਂ ਨੂੰ ਪਤਾ ਹੋਵੇ ਜੀ ਕੀ ਕਹਿ ਨਹੀਂ ਸਕਦੇ ਹਾਂ ਉਹ ਕਹਿੰਦੇ ਵੀ ਸੁਣੋ ਪੈਂਦੀ ਸੁਣੋ ਨਾ ਵਿੱਚ ਪੈ ਜਾ ਗਲਾਸ ਦੇਖਦੇ ਕਿਹੜਾ ਮੀਂਹ ਆ ਜਾਵੇ ਕੋਈ ਭਰੋਸਾ ਨਹੀਂ ਨਾ ਮੈਂ ਕਹਿੰਦਾ ਵੈਦਰ ਦਾ ਇਸ ਕਰਕੇ ਛਤਰੀ ਨਾਲ ਦਿੰਦੇ ਹਾਂਜੀ ਨਾਲ ਦਿੰਦੇ ਠੀਕ ਹੈ ਜੀ ਹਰ ਇੱਕ ਚੀਜ਼ ਦੇ ਨਾਲ ਛਤਰੀ ਦਿੰਦੇ ਹਾਂ ਠੀਕ ਹੈ ਠੀਕ ਤੁਹਾਡਾ ਨਾਮ ਦੱਸ ਦਿਓ ਮੇਰਾ ਨਾਮ ਪਲਵਿੰਦਰ ਪਲਵਿੰਦਰ ਜੀ ਹਾਂਜੀ ਇੱਥੇ ਕਿਹੜਾ ਏਰੀਆ ਪੰਜਾਬ ਤੋਂ ਫਿਰ ਪੰਜਾਬ ਤੋਂ ਫਤਿਹਗੜ੍ਹ ਸਾਹਿਬ ਵਾਹ ਜੀ ਵਾਹ ਬੜਾ ਵਧੀਆ ਏਰੀਆ ਜੀ ਚਲੋ ਖਾਓ ਜੀ ਕੋਈ ਡਰੋ ਨਾ ਮੈਂ ਖੋ ਕੇ ਨਹੀਂ ਖਾਂਦਾ ਪੁਲਿਸ ਵਾਲਿਆਂ ਦੀ ਆਦਤ ਹੈਗੀ ਪਰ ਇੱਦਾਂ ਨਹੀਂ ਖੋ ਕੇ ਖਾਂਦੇ ਜੀ ਫਿਰ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਐਨ ਵਧੀਆ ਜੀ ਤੁਸੀਂ ਸੁਣਾਓ ਜੀ ਤੁਹਾਡਾ ਵਿਆਹ ਨਵਾਂ ਨਵਾਂ ਹੋਇਆ ਲੱਗਦਾ ਨਾ ਨਵਾਂ ਨਵਾਂ ਹੀ ਆ ਚਲੋ ਮੁਬਾਰਕਾਂ ਜੀ ਪੁਲਿਸ ਦੀ ਪਾਰਟੀ ਪੁਲਿਸ ਦੀ ਪਾਰਟੀ ਜੀ ਫਿਰ ਜ਼ਰੂਰ ਜੀ ਆ ਜਾਓ ਹੈ ਜੀ ਕਰ ਲਓ ਜੀ ਜੁਆਇਨ ਨਾਲ ਤੁਸੀਂ ਤਾਂ ਖੁਸ਼ ਹੋਣੀ ਚਾਹੀਦੀ ਤੁਸੀਂ ਹੁਣੇ ਉਦਾਸ ਬੈਠੇ ਨਵੇਂ ਵਿਆਹ ਤੋਂ ਬਾਅਦ ਨਹੀਂ ਹੁਣ ਪੁਲਿਸ ਵਾਲਿਆਂ ਦਾ ਵੀ ਥੋੜ੍ਹਾ ਰੋਹਬ ਹੁੰਦਾ ਨਾ ਜੀ ਅੱਛਾ ਜੀ ਪੁਲਿਸ ਵਾਲਿਆਂ ਕਰਕੇ ਬਹੁਤ ਫਰਕ ਪੈ ਜਾਂਦਾ ਮੇਰਾ ਨਾਮ ਜੀ ਅਮਨਦੀਪ ਸਿੰਘ ਅਮਨਦੀਪ ਸਿੰਘ ਹਾਂਜੀ ਪੰਜਾਬ ਤੋਂ ਕਿਹੜਾ ਏਰੀਆ ਫਤਿਹਗੜ੍ਹ ਸਾਹਿਬ ਜੀ ਠੀਕ ਹੈ ਅਤੇ ਇੱਥੇ ਫਿਰ ਕੀ ਸ਼ੁਗਲ ਮੇਲਾ ਆਪਣਾ ਹਾਂਜੀ ਇੱਥੇ ਜੀ ਬਸ ਆਪਣਾ ਅੱਜ ਆਏ ਵੀ ਸੀਗੇ ਘਰਾਂ ਵਿਹਲੇ ਸੀਗੇ ਵੀ ਚੱਲ ਜਾ ਕੇ ਮਾੜਾ ਮੋਟਾ ਬਾਹਰ ਖਾ ਪੀ ਆਈਏ ਠੀਕ ਨਾ ਜੀ ਹਾਂਜੀ ਹਾਂਜੀ ਤੁਹਾਡਾ ਹੇਅਰ ਸਟਾਈਲ ਬੜਾ ਵਧੀਆ ਕਿੱਥੋਂ ਬਣਾਇਆ ਇਹ ਬਾ ਮੈਂ ਕਹਿੰਦਾ ਵੀ ਇਹ ਤੁਸੀਂ ਪੁੱਛੋ ਨਾ ਜੀ ਬਹੁਤ ਟਾਈਮ ਲੱਗਦਾ ਇਹ ਚੀਜ਼ ਨੂੰ ਨਹੀਂ ਮੇਰਾ ਵੀ ਇੱਦਾਂ ਦਾ ਹੀ ਹੈ ਅੱਛਾ ਜੀ ਪਰ ਮੇਰਾ ਤਾਂ ਬਹੁਤ ਟਾਈਮ ਲੱਗਿਆ ਵਿਆਹ ਤੋਂ ਮੈਨੂੰ 7-8 ਸਾਲ ਬਾਅਦ ਇੱਦਾਂ ਦਾ ਹੋਇਆ ਜੀ ਤੁਹਾਡਾ ਪਿੰਡੇ ਹੋ ਗਿਆ ਠੀਕ ਹੈ ਠੀਕ ਹੈ ਹਾਂਜੀ ਚਲੋ ਹੋ ਜਾਂਦਾ ਜੀ ਹਾਂ ਤੁਹਾਡਾ ਕੀ ਨਾਮ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਿੰਦਰ ਅਮਨਿੰਦਰ ਜੀ ਹਾਂਜੀ ਕਿਵੇਂ ਲੱਗਦਾ ਇੱਥੇ ਅਮਰੀਕਾ ਹੁਣੇ ਕੋਈ ਇੱਥੇ ਸੀਗੇ ਪਹਿਲਾਂ ਹੀ ਨਹੀਂ ਪਹਿਲਾਂ 2 ਸਾਲ ਤੋਂ ਇੱਥੇ ਅੱਛਾ ਜੀ ਠੀਕ ਹੈ ਜੀ ਇੱਥੇ ਹੀ ਸਿਨਸਿਨਾਟੀ ਕਿਹੜਾ ਏਰੀਆ ਪਈ ਹਾਂਜੀ ਕੈਲੀਫੋਰਨੀਆ ਤੋਂ ਆਏ ਕੈਲੀਫੋਰਨੀਆ ਤੋਂ ਆਏ ਹੋ ਬਾਜੀ ਮਾਮਾ ਵੀ ਕੈਲੀਫੋਰਨੀਆ ਤੋਂ ਆਇਆ ਜੀ ਅੱਛਾ ਠੀਕ ਹੈ ਜੀ ਚਲੋ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਨਾਬ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਕਿੱਦਾਂ ਅੰਕਲ ਜੀ ਕਿੱਦਾਂ ਕਿਆ ਬੋਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਬਲਾਬਤ ਕਿੰਨੇ ਪੈਸੇ ਜੇਬ 'ਚ ਕਿੰਨੇ ਪੈਸੇ ਤੁਸੀਂ ਦੱਸੀ ਨਾ ਪਤਾ ਖੋਲ ਲੈਣਾ ਇਹ ਨਾ ਦੱਸੀ ਕਿੰਨੇ ਪੈਸੇ ਦੱਸੀ ਦੇ ਨਹੀਂ ਹੁੰਦੇ ਪੁਲਿਸ ਵਾਲਿਆਂ ਨੂੰ ਦੱਸ ਦੇ ਹਾਂਜੀ ਭਾਅ ਜੀ ਕੀ ਨਾਮ ਤੁਹਾਡਾ ਵਿਕਰਮਜੀਤ ਸਿੰਘ ਜੀ ਅੱਛਾ ਵਿਕਰਮ ਜੀ ਇੱਥੇ ਫਿਰ ਕਿੱਦਾਂ ਕਰੀ ਐਂਡ ਗ੍ਰਿਲ ਦੀ ਗੱਲ ਕਰੀਏ ਅਤੇ ਵਾਹਵਾ ਵਧੀਆ ਰੌਣਕ ਲੱਗੀ ਹੈ ਅਤੇ ਇੱਥੇ ਕਾਫੀ ਆਉਂਦੇ ਲੋਕ ਖਾਣਾ ਪੀਣਾ ਖਾਣ ਸਾਰੇ ਬਹੁਤ ਵਧੀਆ ਜੀ ਫੂਡ ਇਹਨਾਂ ਦਾ ਬਹੁਤ ਵਧੀਆ ਹੁੰਦਾ ਟੇਸਟੀ ਹੁੰਦਾ ਡਿਲੀਸ਼ੀਅਸ ਆ ਨਾਲ ਹਾਈਜੈਨਿਕ ਫੂਡ ਆ ਅਤੇ ਸਰਵਿਸ ਮੇਨ ਹੈਗੇ ਸਰਵਿਸ ਬਹੁਤ ਵਧੀਆ ਜੀ ਇਹਨਾਂ ਦੀ ਅੱਛਾ ਠੀਕ ਨੇ ਅਸੀਂ ਸਾਰੇ ਰਿਕਮੈਂਡ ਇਹੋ ਕਰਾਂਗੇ ਕਿ ਜ਼ਰੂਰ ਆਓ ਇੱਥੇ ਇੰਜੋਏ ਕਰੋ ਆਪਣੀ ਫੈਮਿਲੀ ਨਾਲ ਹਾਂਜੀ ਜੀ ਮੈਂ ਇੱਕ ਸਵਾਲ ਪੁੱਛਣਾ ਤੁਹਾਨੂੰ ਜਿਹਦੇ ਕੋਈ ਜਵਾਬ ਜੇ ਕੋਈ ਇਹਨਾਂ ਕੋਲ ਨਾ ਦੇ ਹੋਇਆ ਕੋਈ ਵੀ ਜਵਾਬ ਦੇ ਸਕਦਾ ਕਿ ਉਹ ਕਿਹੜੀ ਚੀਜ਼ ਹੈ ਉਹ ਜਿੰਨੀ ਵੱਧਦੀ ਹੈ ਉਨੀ ਘੱਟਦੀ ਹੈ ਜੇ 10 ਮਿੰਟ ਵੱਧਦੀ ਹੈ 10 ਮਿੰਟ ਘੱਟ ਜਾਂਦੀ ਹੈ ਜੇ 1 ਮੀਲ ਵੱਧਦੀ ਹੈ 1 ਮੀਲ ਘੱਟ ਜਾਂਦੀ ਹੈ ਅਤੇ ਮਤਲਬ ਜਿੰਨਾ ਉਹਨੇ ਵਧਣਾ ਉਨਾ ਹੀ ਉਹਨੇ ਨਾਲ ਨਾਲ ਘਟਣਾ ਕਿਹੜੀ ਚੀਜ਼ ਹੈ ਨਹੀਂ ਤਾਂ ਮੈਨੂੰ ਆਪਣੀ ਕਲਾਸ ਲੈ ਲੈਂਗਾ ਨਾਲ ਅੱਛਾ ਤੈਨੂੰ ਜੀ ਇੱਕ ਸਵਾਲ ਪੁੱਛਾਂ ਜਦੋਂ ਮੰਮੀ ਪਾਪਾ ਲੜਦੇ ਆ ਤੂੰ ਕੀ ਕਰਦਾ ਸੌ ਜਾਂਦਾ ਕਿ ਟੀਵੀ ਦੇਖਦਾ ਟੀਵੀ ਇਹਦਾ ਮਤਲਬ ਲੜਦੇ ਆ ਕਹਿੰਦਾ ਮੈਂ ਟੀਵੀ ਦੇਖਦਾ ਮਤਲਬ ਲੜਦੇ ਆ ਮਤਲਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਬੱਚੇ ਝੂਠ ਨਹੀਂ ਬੋਲਦੇ ਕਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਾਹ ਜੀ ਵਾਹ ਕੀ ਆ ਭਾਅ ਜੀ ਕੀ ਨਾਮ ਹੈ ਕਮਲਜੀਤ ਸਿੰਘ ਅੱਛਾ ਜੀ ਨਹੀਂ ਸਿੰਘਾਂ ਤੋਂ ਨਹੀਂ ਮੈਨੂੰ ਕਮਲਜੀਤ ਸਿੰਘ ਤੋਂ ਨਹੀਂ ਡਰ ਲੱਗਦਾ
ਹਾਂਜੀ ਤੁਹਾਡਾ ਨਾਮ ਹੈ ਰੁਪਿੰਦਰ ਕੌਰ ਜੀ ਹਾਂਜੀ ਤੇ ਇੱਥੇ ਕਿਹੜੀ ਜਗ੍ਹਾ ਇੱਥੇ ਰਹਿੰਦੇ ਹੋ ਹਾਂਜੀ ਡੇਟਨ ਪੰਜਾਬ ਤੋਂ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਸਾਰਾ ਏਰੀਆ ਬੜਾ ਵਧੀਆ ਜੀ ਚਲੋ ਬੜੀ ਚੰਗੀ ਗੱਲ ਹੈ ਹਾਂਜੀ ਅਸੀਂ ਇਸ ਏਰੀਆ ਦੀ ਗੱਲ ਕਰੀਏ ਡੇਟਨ ਦੀ ਗੱਲ ਕਰੀਏ ਸਿਲਸਿਲਾਟੇ ਦੀ ਗੱਲ ਕਰੀਏ ਕੀ ਖਾਸੀਅਤ ਪੰਜਾਬੀਆਂ ਦੀ ਇੱਥੇ ਵੈਲ ਸੈਟਲ ਨੇ ਸਾਰੇ ਪੰਜਾਬੀ ਅੱਛਾ ਜੀ ਆਪਣੇ ਗੈਸ ਸਟੇਸ਼ਨ ਬਿਜ਼ਨਸ ਦੇ ਵਿੱਚ ਟਰੱਕਿੰਗ ਬਿਜ਼ਨਸ ਦੇ ਵਿੱਚ ਸਾਰੇ ਨਾਮ ਬੋਲਦੇ ਇਹਨਾਂ ਦੇ ਉਰੇ ਵਧੀਆ ਹੈ ਹਾਂ ਬਹੁਤ ਵਧੀਆ ਏਰੀਆ ਵੀ ਬੜਾ ਵਧੀਆ ਏਰੀਆ ਬਹੁਤ ਨਾਈਸ ਐਂਡ ਕਲੀਨ ਸਾਰੇ ਏਰੀਆ ਨਾਮ ਵੀ ਵਧੀਆ ਨਾਮ ਵੀ ਵਧੀਆ ਐਂ ਨਹੀਂ ਜਿਵੇਂ ਝਾਂਜਰਾਂ ਛਣਕਦੀਆਂ ਹੁੰਦੀਆਂ ਨਾ ਡੇਟਨ ਡੇਟਨ ਦੀ ਜਿਹੜੀ ਆਪਣੇ ਡੇਟਨ ਦੇ ਆਪਣੇ ਤੇਰੇ ਹਵਾਈ ਜਹਾਜ਼ ਦੀ ਖੋਜ ਇੱਥੋਂ ਹੀ ਹੋਈ ਹੈ ਨਾ ਜੀ ਡੇਟਨ ਫੇਮਸ ਸਿਟੀ ਹੈ ਤੇ ਹਵਾਈ ਜਹਾਜ਼ ਦੀ ਖੋਜ ਇੱਥੇ ਹੋਈ ਆ ਹਾਂਜੀ ਡੇਟਨ ਤੋਂ ਹੋਈ ਓਹੋ ਮੈਂ ਵੀ ਕਹਾਂ ਮੈਨੂੰ ਸੁਪਨੇ 'ਚ ਹਵਾਈ ਜਹਾਜ਼ ਕਿਉਂ ਆਉਂਦੇ ਇੱਥੇ ਤਾਂ ਹੀ ਆਉਂਦੇ ਹੋਣੇ ਆ ਹਾਂਜੀ ਠੀਕ ਹੈ ਠੀਕ ਹੈ ਜੀ ਰਾਈਟ ਬ੍ਰਦਰ ਨੇ ਕਰੀ ਸੀ ਇੱਥੇ ਰਾਈਟ ਬ੍ਰਦਰ ਹਾਂਜੀ ਤੇ ਰੋਂਗ ਬ੍ਰਦਰ ਵੀ ਹੈਗੇ ਕੋਈ ਨਹੀਂ ਰਾਈਟ ਬਿਲਕੁਲ ਜੀ ਰਾਈਟ ਬ੍ਰਦਰ ਜੇ ਡੇਟਨ ਤੋਂ ਉਹਨਾਂ ਨੇ ਖੋਜ ਕੀਤੀ ਸੀ ਹਵਾਈ ਜਹਾਜ਼ ਦੀ ਚਲੋ ਤੁਸੀਂ ਦੱਸੋ ਆਂਡਾ ਆ ਹਾਂਜੀ ਉਹ ਫਰਸ਼ ਤੇ ਕਿੱਦਾਂ ਸੁੱਟੀਏ ਕਿ ਟੁੱਟੇ ਨਾ ਆਰਾਮ ਨਾਲ ਰੱਖ ਦਿਓ ਫਿਰ ਟੁੱਟੂਗਾ ਵੱਖੀ ਵਾਰ ਨੇ ਜੀ ਅੱਛਾ ਵੱਖੀ ਵਾਰ ਨੇ ਟੁੱਟਦਾ ਨਹੀਂ ਆਂਡਾ ਇਹ ਫੋਨ ਹਾਂਜੀ ਪੁਰਾਣੇ ਹੀ ਆ ਲੈ ਜਾਓ ਆਹੋ ਚਲੋ ਚਾਈਨਾ ਦਾ ਨਹੀਂ ਹੈ ਨਾ ਨਹੀਂ ਜੀ ਚਾਈਨਾ ਦਾ ਨਹੀਂ ਸੱਚੀ ਮੁੱਚ ਲੱਗਦਾ ਭਾਰਾ ਫੋਨ ਹੈ ਚਲੋ ਥੈਂਕ ਯੂ ਗਿਫਟ ਦੇਣ ਲਈ ਆ ਦੇਖੋ ਜੀ ਇਹਨਾਂ ਨੇ ਮੈਨੂੰ ਗਿਫਟ ਦਿੱਤਾ ਫੋਨ ਸਾਰੇ ਸਾਨੂੰ ਗਵਾਹ ਹੋ ਕਿਤੇ ਕੱਲ੍ਹ ਨੂੰ ਕਹਿਣਾ ਗਿਫਟ ਦਿੱਤਾ ਨਾ ਜੀ ਹਾਂਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਹੈਲੋ ਕਿੱਦਾਂ ਬੇਟੇ ਹਰਮਨ ਕੀ ਹਾਲ ਚਾਲ ਸਰਗੁਣ ਵੈਰੀ ਵੈਰੀ ਕਿਊਟ ਵੈਰੀ ਕਿਊਟ ਅਤੇ ਹਾਂਜੀ ਆਪ ਜੀ ਨਵਰੋਜ਼ ਨਵਜੋਤ ਨਵਰੋਜ਼ ਨਵਰੋਜ਼ ਅੱਛਾ ਨਾਮ ਬੜੇ ਔਖੇ ਔਖੇ ਰੱਖੇ ਆ ਕੀ ਕੀ ਚੱਕਰ ਸਟੱਡੀ ਕਰਦੇ ਹੋ ਗ੍ਰੇਡ 11 ਹੈ ਗ੍ਰੇਡ 11 ਗ੍ਰੇਡ 11 ਕਿੰਨੇ ਸਾਲ ਹੋ ਗਏ ਗ੍ਰੇਡ 11 ਚ ਕਿੰਨੇ ਸਾਲ ਹੋ ਗਏ ਇੱਕ ਸਾਲ ਇੱਕੋ ਹੀ ਆ ਜੇ ਅੱਛਾ ਅੱਛਾ ਨਹੀਂ ਮੈਂ ਕਿਹਾ ਕਈ ਵਾਰੀ ਸਾਡੇ ਨੂੰ ਪਕਾ ਪਕਾ ਕੇ ਕਰਦੇ ਦਸਵੀਂ ਚਾਰ ਵਾਰੀ ਚਾਰ ਸਾਲਾਂ ਚ ਕੀਤੀ ਸੀ ਪਕਾ ਪਕਾ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਮਨਵਿੰਦਰ ਕੌਰ ਜੀ ਅੱਛਾ ਜੀ ਕਿਵੇਂ ਲੱਗਦੀ ਲੱਸੀ ਇਹ ਜੀ ਬਹੁਤ ਵਧੀਆ ਜੀ ਮੈਂਗੋ ਵਾਲੀ ਹਾਂ ਮੈਂਗੋ ਬਹੁਤ ਵਧੀਆ ਜੀ ਮੈਂ ਕਹਿੰਦਾ ਜੀ ਮੈਂਗੋ ਵੀ ਮੈਂਗੋ ਹੋ ਪਈ ਯਾਰ ਸਵੇਰੇ ਚਲੋ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਹਾਡਾ ਕੀ ਨਾਮ ਜੀ ਗੁਰਲੀਨ ਗੁਰਲੀਨ ਹਾਂਜੀ ਵਧੀਆ ਨਾਮ ਹੈ ਜੀ ਤੁਸੀਂ ਕੀ ਕਰਦੇ ਹੋ ਸਟੱਡੀ ਹਾਂਜੀ ਕਿਹੜੀ ਕਲਾਸ ਮੈਂ 3rd ਈਅਰ ਚ ਆ ਗਈ ਹਾਂ ਰਾਈਟ ਸਟੇਟ ਪੜ੍ਹਦੀ ਹਾਂ ਅੱਛਾ ਵੈਰੀ ਗੁੱਡ ਵੈਰੀ ਗੁੱਡ ਇਹ ਛਤਰੀ ਕੋ ਦਿੱਤੀ ਹੁੰਦੀ ਮੈਂਗੋ ਤੇ ਮੈਨੂੰ ਸਮਝ ਨਹੀਂ ਆਈ ਤੁਹਾਨੂੰ ਪਤਾ ਕੁਛ ਨਹੀਂ ਤੁਸੀਂ ਉਹ ਆਂਡਾ ਜਿਹੜਾ ਹੈਗਾ ਵੀ ਆਂਡਾ ਫਰਸ਼ ਤੇ ਛੱਟਣਾ ਵੀ ਟੁੱਟੇ ਨਾ ਕਿੱਦਾਂ ਪਤਾ ਕੁਛ ਨਹੀਂ ਜੀ ਉਹ ਨਾ ਜੀ ਇੱਦਾਂ ਕਰੋ ਆਂਡਾ ਜਿੱਦਾਂ ਮਰਜ਼ੀ ਫਰਸ਼ ਤੇ ਛੱਡ ਦਿਓ ਫਰਸ਼ ਤੇ ਟੁੱਟਣੀ ਨਹੀਂ ਹੈਗੀ ਆਪਾਂ ਕਹਿੰਦੇ ਫਰਸ਼ ਨਹੀਂ ਟੁੱਟਣੀ ਚਾਹੀਦੀ ਹਾਂਜੀ ਹਾਂ ਫਿਰ ਜਿੱਦਾਂ ਮਰਜ਼ੀ ਛੱਡ ਦਿਓ ਆਂਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਤੇ ਤੁਸੀਂ ਡਰ ਡਰ ਬੈਠੇ ਨੇ ਨਹੀਂ ਨਹੀਂ ਡਰ ਡਰ ਨਹੀਂ ਹਾਂਜੀ ਹਾਂਜੀ ਤੁਸੀਂ ਕੀ ਨਾਮ ਕੀ ਲਖਵਿੰਦਰ ਸਿੰਘ ਹੈ ਜੀ ਹਾਂਜੀ ਅੱਛਾ ਵਧੀਆ ਮਾਹੌਲ ਹੈ ਜੀ ਇੱਥੇ ਕਿੱਦਾਂ ਖਾਣਾ ਹੈਰੀ ਵਰਮਾ ਹੋਣਾ ਦਾ ਬੜਾ ਵਧੀਆ ਜੀ ਗ੍ਰਿਲ ਹਾਂਜੀ ਸਭ ਠੀਕ ਹੈ ਜੀ ਇੱਥੇ ਬਹੁਤ ਵਧੀਆ ਅੱਛਾ ਜੀ ਹਾਂਜੀ ਹਾਂ ਠੀਕ ਹੈ ਤੁਹਾਡਾ ਨਾਮ ਜੀ ਕਰਮਜੀਤ ਅੱਛਾ ਤੁਸੀਂ ਖਾ ਕੇ ਨਿਬੇੜ ਚੁੱਕੇ ਹੋ ਕੱਛਾ ਜਾ ਦੇਖੇ ਬੈਠੇ ਹਾਂਜੀ ਨਿਬੇੜ ਤੋਂ ਚਲੋ ਵੈਰੀ ਗੁੱਡ ਵੈਰੀ ਗੁੱਡ ਚਲੋ ਜੀ ਬਾਕੀ ਹੁਣ ਗੱਲਬਾਤ ਕਰਦੇ ਹਾਂ ਰੈਸਟੋਰੈਂਟ ਦੇ ਬਾਕੀ ਹਿੱਸਿਆਂ ਵਿੱਚ ਚੱਲਦੇ ਹਾਂ ਦੇਖਦੇ ਹਾਂ ਮਾਹੌਲ ਕੀ ਆ ਅਤੇ ਹੈਰੀ ਵਰਮਾ ਸਾਹਿਬ ਨੂੰ ਵੀ ਲੱਭਦੇ ਹਾਂ ਨਾਲੇ ਫਿਰ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਮ੍ਰਤਾ ਜੀ ਤੁਹਾਡਾ ਨਾਮ ਦੇਖੋ ਜੀ ਮੈਂ ਸਾਰਾ ਕੁਝ ਜਾਣਦਾ ਤੁਹਾਡਾ ਨਾਮ ਪਤਾ ਹੈ ਹੈਲੋ ਬੇਟਾ ਵਾਹ ਵਾਹ ਵੈਰੀ ਗੁੱਡ ਅੱਛਾ ਜੀ ਤੁਸੀਂ ਆਹ ਰੈਸਟੋਰੈਂਟ ਕਿੰਨੀ ਦੇਰ ਤੋਂ ਹੈਗਾ ਆਪਣਾ ਇਹ ਆਲਮੋਸਟ 1 ਇਅਰ 1 ਸਾਲ ਹੋਇਆ ਹੈ ਤੇ ਵਧੀਆ ਇੱਥੇ ਰੌਣਕ ਬੜੀ ਸੋਹਣੀ ਆ ਸਾਰਾ ਕੁਝ ਬਹੁਤ ਵਧੀਆ ਹੈਗਾ ਤੇ ਇਹ ਪਹਿਲਾਂ ਵੀ ਇਹੀ ਕੰਮ ਕਰਦੇ ਸੀ ਜੀ ਰੈਸਟੋਰੈਂਟ ਦਾ ਕਿ ਹੁਣ ਹੀ ਅੱਗੇ ਨਹੀਂ ਹੁਣੇ ਕੀਤਾ ਹੈਗਾ ਲਾਸਟ 1 ਇਅਰ ਤੋਂ ਅਸੀਂ ਸਟਾਰਟ ਕੀਤਾ ਹੈਗਾ ਲਾਸਟ 1 ਇਅਰ ਤੋਂ ਇੰਟਰਸਟ ਸੀਗਾ ਕਾਫੀ ਅੱਛਾ ਰੈਸਟੋਰੈਂਟ ਚ ਕੁਕਿੰਗ ਦੇ ਵਿੱਚ ਤਾਂ ਇਸ ਕਰਕੇ ਆਪਾਂ ਅੱਛਾ ਜੀ ਤੇ ਇਹ ਮਤਲਬ ਕਿ ਫਿਰ ਤੁਸੀਂ ਇਹ ਰੈਸਟੋਰੈਂਟ ਵਾਲਾ ਕੰਮ ਸ਼ੁਰੂ ਕਰ ਲਿਆ ਵੀ ਚਲੋ ਇਹ ਵਧੀਆ ਵਧੀਆ ਚੱਲਦਾ ਹੁਣ ਠੀਕ ਹੈ ਹਾਂਜੀ ਬਹੁਤ ਅੱਛਾ ਬਹੁਤ ਬਹੁਤ ਅੱਛਾ ਲੱਗਦਾ ਕਿਹੜਾ ਏਰੀਆ ਤੁਹਾਡਾ ਪੰਜਾਬ ਤੋਂ ਪੰਜਾਬ ਤੋਂ ਅਸੀਂ ਹੈਗੇ ਅਪਰਾ ਅਪਰਾ ਜੀ ਹਾਂਜੀ ਮਸ਼ਹੂਰ ਹੈ ਜੀ ਅਪਰੇ ਦੇ ਸੁਨਿਆਰੇ ਮਸ਼ਹੂਰ ਹੁੰਦੇ ਕਿ ਬਹੁਤ ਜੀ ਸੁਨਿਆਰੇ ਬਹੁਤ ਮਸ਼ਹੂਰ ਅਪਰੇ ਦੇ ਠੀਕ ਹੈ ਜੀ ਤੁਸੀਂ ਵੀ ਸੋਨਾ ਘੱਟ ਪਾਇਆ ਹੈ ਸੋਨਾ ਰੈਸਟੋਰੈਂਟ ਦੇ ਹੁੰਦੇ ਹੈਗੇ ਤਾਂ ਘੱਟ ਹੀ ਪਾ ਕੇ ਰੱਖਦੇ ਹੁੰਦੇ ਫਿਰ ਜੀ ਮੈਂ ਕਿਹਾ ਤੁਹਾਨੂੰ ਇਹ ਪਤਾ ਲੱਗਾ ਵੀ ਅੱਜ ਪੰਜਾਬ ਪੁਲਿਸ ਵਾਲਿਆਂ ਨੇ ਤਾਂ ਘੱਟ ਕੀਤਾ ਹੈ ਇਹ ਵੀ ਗੱਲ ਸਹੀ ਹੈ ਠੀਕ ਹੈ ਜੀ ਠੀਕ ਹੈ ਚਲੋ ਤੇ ਬੜਾ ਵਧੀਆ ਇੱਥੇ ਮਾਹੌਲ ਆ ਜੀ ਔਰ ਸਾਰਾ ਹੀ ਇੱਥੇ ਪੰਜਾਬੀ ਵੀ ਮੈਂ ਦੇਖ ਰਿਹਾ ਹਰ ਕਮਿਊਨਿਟੀ ਦੇ ਲੋਕ ਇੱਥੇ ਖਾਣਾ ਖਾਣ ਸਾਰੇ ਹਾਂਜੀ ਸਭ ਆਉਂਦੇ ਆ ਅਮਰੀਕਨਸ ਵੀ ਕਾਫੀ ਆਉਂਦੇ ਆ ਪੰਜਾਬੀ ਵੀ ਆਪਣੇ ਇੰਡੀਅਨ ਸਭ ਆਉਂਦੇ ਹੈਗੇ ਆ ਸਪੈਸ਼ਲਿਸਟ ਕੀ ਹੈ ਜੀ ਸਪੈਸ਼ਲ ਸਾਡੇ ਹੈ ਜੀ ਕਬਾਬ ਵੀ ਸਪੈਸ਼ਲ ਹੈਗੇ ਆ ਸਾਗ ਸਪੈਸ਼ਲ ਹੈਗਾ ਆਪਣਾ ਪੰਜਾਬ ਦਾ ਜੀ ਤੇ ਕਾਫੀ ਆਈਟਮਾਂ ਹੈਗੀਆਂ ਸਪੈਸ਼ਲ ਜਿਹੜੀਆਂ ਰੱਖੀਆਂ ਹੋਈਆਂ ਆਪਾਂ ਕਬਾਬਸ ਹੈਗੇ ਸਪੈਸ਼ਲ ਸਾਡੇ ਜੀ ਹਾਂਜੀ
ਤੇ ਹੈਰੀ ਵਰਮਾ ਸਾਹਿਬ ਨਹੀਂ ਦਿਸ ਰਹੇ ਕਿੱਧਰ ਨਹੀਂ ਉਹ ਕਿਤੇ ਪਾਸੇ ਪਾਸੇ ਨਹੀਂ ਹੋ ਗਏ ਪੁਲਿਸ ਦੇ ਨਹੀਂ ਪਾਸੇ ਤਾਂ ਨਹੀਂ ਕਸਟਮਰ ਦੇ ਟੇਕ ਕੇ ਕਰ ਰਹੇ ਹੋਣਗੇ ਹਾਂਜੀ ਹਾਂ ਮੈਂ ਦੇਖ ਰਹੀ ਸੀ ਨਾਲ ਦੇਖ ਰਹੇ ਹੋਣੇ ਹੈਗੇ ਰਸ਼ ਕਾਫੀ ਹੈ ਤਾਂ ਹੀ ਕਰਕੇ ਹਾਂਜੀ ਆ ਗਏ ਮਹਾਰਾਜ ਬੱਲੇ ਬੱਲੇ ਧੰਨ ਭਾਗ ਜੀ ਧੰਨ ਭਾਗ ਲਓ ਜੀ ਅੱਜ ਤਾਂ ਪਤਾ ਕੀ ਹੈ ਜੀ ਮਤਲਬ ਵੈਸੇ ਤਾਂ ਰੋਜ਼ ਹੀ ਇੱਦਾਂ ਲੱਗਦੇ ਹੋ ਤੁਸੀਂ ਅੱਜ ਤਾਂ ਐਂ ਲੱਗਦੇ ਕਿਸੇ ਵੱਡੀ ਬੈਂਕ ਦੇ CEO ਲੱਗਦੇ ਹੋ ਅੱਜ ਤਾਂ ਪੂਰੇ ਬੈਂਕ ਦੇ ਤਾਂ ਬਹੁਤ ਵਧੀਆ ਜੀ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਬਹੁਤ ਸੋਹਣਾ ਅਰੇਂਜਮੈਂਟ ਪ੍ਰਬੰਧ ਬੜਾ ਵਧੀਆ ਬਣਾਇਆ ਇਹ ਰੈਸਟੋਰੈਂਟ ਅਤੇ ਸਾਲ ਕੁ ਤੋਂ ਫਿਰ ਆਪਾਂ ਟੇਕ ਓਵਰ ਕੀਤਾ ਜੀ ਰਾਈਟ ਇੱਕ ਸਾਲ ਤੋਂ ਅਤੇ ਇਹ ਬਿਜ਼ਨਸ ਕਿਉਂ ਚੁਣਿਆ ਤੁਸੀਂ ਆਪਾਂ ਕਿ ਹਾਲਾਂਕਿ ਬਿਜ਼ਨਸ ਹੋਰ ਵੀ ਕਾਫੀ ਹੁੰਦੇ ਹੋਣਗੇ ਐਕਚੁਲੀ ਇਸ ਸਟਾਰਟ ਵਿਦ ਮਾਈ ਵਾਈਫ ਸ਼ੀ ਇਜ਼ ਦ ਵਨ ਹੂ ਸਟਾਰਟ ਦਿਸ ਠੀਕ ਹੈ ਜੀ ਤਾਂ ਹੀ ਨਹੀਂ ਵਧੀਆ ਜਿੰਨੇ ਲੋਕ ਗਏ ਨੇ ਸਾਰੇ ਤਾਰੀਫਾਂ ਕਰਦੇ ਨੇ ਜੀ ਖਾਣੇ ਦੀਆਂ ਬਹੁਤ ਜ਼ਿਆਦਾ ਅਤੇ ਕਿੰਨੀ ਦੇਰ ਹੋ ਗਈ ਵਰਮਾ ਸਾਹਿਬ ਫਿਰ ਇੱਥੇ ਆਪਾਂ ਅਮਰੀਕਾ 'ਚ ਮੈਂ 1984 ਤੋਂ ਅੱਛਾ ਜੀ ਕਾਫੀ ਦੇਰ ਹੋ ਗਈ ਅਤੇ ਪਹਿਲਾਂ ਫਿਰ ਹੋਰ ਕੀ ਕਰਦੇ ਸੀ ਕੰਮ ਪਹਿਲਾਂ ਮੋਟਲ ਮੋਟਲ ਵਾਹ ਜੀ ਅਤੇ ਮੋਟਲ ਹੁਣ ਹੈਗੇ ਕਿ ਮੋਟਲ ਮੋਟਲ ਵੀ ਨਾਲ ਦੇ ਨਾਲ ਫਿਰ ਰੈਸਟੋਰੈਂਟ ਦਾ ਵਧੀਆ ਬਹੁਤ ਵਧੀਆ ਕੀਤਾ ਜੀ ਤੁਸੀਂ ਔਰ ਬਾਕੀ ਵੀ ਹਜੇ ਗੱਲਬਾਤ ਹੋਰ ਕਰਦੇ ਹਾਂ ਤਾਂ ਮੈਂ ਥੋੜ੍ਹਾ ਜਿਹਾ ਇੱਧਰ ਜਾਇਆ ਵਾਂ ਜੀ ਐਬਸੋਲਿਊਟਲੀ ਹਾਂਜੀ ਮੈਂ ਥੋੜ੍ਹਾ ਜਿਹਾ ਵੈਸੇ ਮੈਂ ਪੀਂਦਾ ਪੁੰਦਾ ਨਹੀਂ ਹੈ ਨਾ 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 ਜੰਮੋ ਨੋ ਨਾ ਕੋਈ ਭੋਰਾ ਵੀ ਨਹੀਂ ਹਾਂ ਹੈਲੋ ਹਾਂਜੀ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਆ ਜਾਓ ਨੇੜੇ ਨਾਲ ਕੁਛ ਨਹੀਂ ਰਹਿੰਦਾ ਕੀ ਨਾਮ ਹੈ ਬਲਵੀਰ ਸਿੰਘ ਜੀ ਬਲਵੀਰ ਸਿੰਘ ਹਾਂਜੀ ਅਤੇ ਇਹ ਕਿੱਦਾਂ ਫਿਰ ਮਤਲਬ ਠੀਕ ਹੈ ਸਾਰਾ ਕੁਛ ਸਾਰਾ ਠੀਕ ਹੈ ਚੱਲੀ ਜਾਂਦਾ ਇਹ ਪਤਾ ਕੀ ਹੈ ਇਹ ਸਾਨੂੰ ਔਡਰ ਹੈ ਗੌਰਮੈਂਟ ਵੱਲੋਂ ਹਾਂਜੀ ਹਾਂਜੀ ਵੀ ਚੈੱਕ ਕਰਨੀ ਪੈਂਦੀ ਸਾਨੂੰ ਇਹ ਦਾਰੂ ਦੂਰੂ ਜਿਹੜੀ ਹੈ ਨਾ ਹਾਂਜੀ 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 ਅਤੇ ਉਹ ਫਿਰ ਥੋੜ੍ਹਾ ਜਿਹਾ ਹੋ ਸਕਦਾ ਲਿਆਉਣੀ ਲਿਆਉਣੀ ਪਵੇ ਅਤੇ ਕੋਈ ਨਹੀਂ ਜੀ ਕਰਦਾ ਕੁਝ ਘੱਟ ਪਟਿਆਲੇ ਵਾਲਾ ਹਾਂ ਪਟਿਆਲੇ ਵਾਲਾ ਕੀ ਨਾਮ ਤੁਹਾਡਾ ਕੀਰਤਨ ਤੁਸੀਂ ਕੀ ਕਰਦੇ ਹੋ ਐਵਰੀਥਿੰਗ ਸਟੱਡੀ 9th ਗ੍ਰੇਡ ਚ ਅੱਛਾ ਤੇ ਨਾਲ ਫਿਰ ਇੱਥੇ ਹਾਂ ਜੀ ਠੀਕ ਹੈ ਗੁੱਡ ਗੁੱਡ ਆ ਜਾ ਤੂੰ ਵੀ ਆ ਜਾ ਤੇ ਫਰੈਂਡ ਮੇਰਾ ਭਰਾ ਵਰਮਾ ਦੇ ਅੱਛਾ ਹਾਂਜੀ ਜੂਨੀਅਰ ਵਰਮਾ ਜੀ ਸੀਨੀਅਰ ਹੋਏ ਪਏ ਤੁਸੀਂ ਜੂਨੀਅਰ ਉਹ ਕਸਟਮਰ ਆ ਗਏ ਕਸਟਮਰ ਆਓ ਜੀ ਆਓ ਆਓ ਵੈਲਕਮ ਵੈਲਕਮ ਆਓ 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 ਥੈਂਕ ਯੂ ਫਾਰ ਕਮਿੰਗ ਐਂਡ ਦਾ ਬੈਠੋ 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 ਇੱਥੇ ਬੈਠੋ ਜੀ ਇੱਥੋਂ ਥੈਂਕ ਯੂ ਬੈਠੋ ਜੀ ਬੈਠੋ ਸਰ ਬੈਠੋ ਦੇਖੋ ਜੀ ਫਰਜ਼ ਬਣਦਾ ਆਪਣੇ ਕਸਟਮਰ ਆਏ ਨੇ ਉਹਨਾਂ ਨਾਲ ਉਹਨਾਂ ਨੂੰ ਬਿਠਾ ਕੇ ਗੱਲਬਾਤ ਕਰਨ ਦਾ ਹਾਂਜੀ ਹੈਲੋ ਸਰ ਹੈਲੋ ਜੀ ਹਾਂਜੀ ਮਤਲਬ ਕਿ ਠੀਕ ਹੈ ਪੰਜਾਬੀ ਬੋਲ ਸਕਦਾ ਜੀ ਮੈਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਨਹੀਂ ਮੇਰੇ ਕੋਲ ਅੰਗਰੇਜ਼ੀ ਥੋੜ੍ਹੀ ਹੈ ਮੁੱਕ ਜਾਂਦੀ ਛੇਤੀ ਕੋਈ ਨਹੀਂ ਤੁਹਾਡਾ ਨਾਮ ਦੱਸ ਦਿਓ ਜੀ ਕੀ ਹੈ ਮੇਰਾ ਨਾਮ ਵਿਕਰਮ ਸੇਠੀ ਵਿਕਰਮ ਵਿਕਰਮ ਮਤਲਬ ਥੋੜ੍ਹਾ ਜਿਹਾ ਫਰਕ ਰਹਿ ਗਿਆ ਐਵੇਂ ਤੁਹਾਡੇ ਨਾਮ ਨੂੰ ਵੱਧ ਲੱਗੀ ਹੈ ਮੇਰਾ ਨਾਮ ਵਿਕਰ ਹੈ ਤੁਹਾਡੇ ਵਿਕਰਮ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਅਸੀਂ ਦਿੱਲੀ ਤੋਂ ਆ ਜੀ ਸੇਠੀ ਸਾਹਿਬ ਜੀ ਸੇਠ ਸਾਹਿਬ ਸੇਠ ਸਾਹਿਬ ਸੇਠੀ ਅੱਛਾ ਜੀ ਇੱਥੇ ਫਿਰ ਆਏ ਹੋ ਤੁਸੀਂ ਹੈਰੀ ਵਰਮਾ ਸਾਹਿਬ ਦੇ ਇੱਥੇ ਆਪਣੇ ਰੈਸਟੋਰੈਂਟ 'ਚ ਕੀ ਖਾਸੀਅਤ ਹੈਗੀ ਇੱਥੇ ਕਦੋਂ ਤੋਂ ਉਹਨੇ ਪਹਿਲਾਂ ਤੋਂ ਉਹਨੇ ਕਹਿੰਦੀ ਇਹ ਹੁਣ ਸਾਨੂੰ ਹੋ ਗਿਆ ਸਾਲ ਪਰ ਹੋ ਗਿਆ ਆਉਂਦੇ ਹੋਏ ਇਹਨਾਂ ਕੋਲ ਬੜੀ ਬੜੀ ਅੱਛੀ ਜਗ੍ਹਾ ਬੜੀ ਰੌਣਕ ਲੱਗੀ ਰਹਿੰਦੀ ਹੈ ਬੜਾ ਖਾਣਾ ਬਹੁਤ ਅੱਛਾ ਹੈ ਅਤੇ ਬੜੀ ਵੈਲਕਮ ਕਰਦੇ ਨੇ ਹਮੇਸ਼ਾ ਸਾਡਾ ਤੋ ਅਸੀਂ ਕਾਫੀ ਵਾਰੀ ਇੱਥੇ ਆਉਂਦੇ ਹਾਂ ਇਹ ਇਹ ਮੇਰੇ ਫਾਦਰ ਇਨ ਲਾਅ ਨੇ ਮੈਂ ਦਿੱਲੀ ਤੋਂ ਆਇਆ ਜੀ ਆਪਣੇ ਇੱਥੇ ਜਵਾਈ ਮੇਰੇ ਸਨ ਇਨ ਲਾਅ ਨੇ ਵਿਕਰਮ ਜੀ ਐਂਡ ਅਸੀਂ ਇੱਥੇ ਆਉਂਦੇ ਹਾਂ ਆ ਕੇ ਵੀ ਆਰ ਲੁਕਡ ਆਫਟਰ ਵੈਰੀ ਵੈਲ ਬਾਈ ਦੀ ਯੂ ਨੋ ਦੀ ਪੀਪਲ ਇਨ ਦੀ ਰੈਸਟੋਰੈਂਟ ਐਂਡ ਵੀ ਫਾਈਂਡ ਇਟ ਐਟ ਹੋਮ ਐਜ਼ ਇਫ ਵੀ ਆਰ ਇਨ ਦਿੱਲੀ ਸੀ ਵੈਸੇ ਤਾਂ ਜਵਾਈ ਸਾਰੇ ਚੰਗੇ ਹੀ ਹੁੰਦੇ ਆ ਜੀ ਹਾਂਜੀ ਫਿਰ ਵੀ ਇਹਨਾਂ ਦੀ ਕੋਈ ਲੱਗਦੀ ਤੁਹਾਨੂੰ ਕੋਈ ਵੀ ਇਹਨਾਂ ਨੂੰ ਕੋਈ ਕਮੀ ਅਜੇ ਤੱਕ ਕੋਈ ਨੋਟਿਸ ਨਹੀਂ ਕੀਤੀ ਕੋਈ ਇਹਨਾਂ ਦੀ ਕਮੀ ਨਹੀਂ ਹੈਗੀ ਥੋੜ੍ਹਾ ਜੈਂਟਲਮੈਨ ਐਂਡ ਵੈਰੀ ਰਿਸਪੋਂਸੀਬਲ ਜਵਾਈ ਜਿਹਨੂੰ ਕਹਿੰਦੇ ਉਹ ਮੇਰੇ ਖਿਆਲ ਕੋਣੇ ਚੱਲੀਏ ਤਾਂ ਗੱਲ ਬਣੂਗੀ ਜੀ ਹੈਲੋ ਜੀ ਮੇਰਾ ਰਾਜੇਸ਼ ਠਾਕੁਰ ਜੀ ਠਾਕੁਰ ਸਾਹਿਬ ਉਹ ਕਿਤੇ ਆਦਮੀ ਕਿਹੜੀ ਜਗ੍ਹਾ ਤੋਂ ਜੀ ਆਪਾਂ ਉੱਥੋਂ ਅਸੀਂ ਮੁਕੇਰੀ ਆ ਪਠਾਨਕੋਟ ਵਾਹ ਜੀ ਵਾਹ ਹਾਂਜੀ ਵਾਹ ਜੀ ਵਾਹ ਤੇ ਤੂੰ ਕੀ ਸ਼ੌਕ ਹੈਗਾ ਤੁਹਾਨੂੰ ਕੀ ਕੰਮ ਕਰ ਕੀ ਹੈ ਕੰਮ ਕਰ ਤਾਂ ਮੇਰਾ ਗੈਸ ਸਟੇਸ਼ਨ ਹੈ ਅੱਛਾ ਜੀ ਹਾਂਜੀ ਥੈਂਕ ਯੂ ਜੀ ਵਧੀਆ ਖਾਣਾ ਜੀ ਇੱਥੇ ਵਧੀਆ ਖਾਣਾ ਬਹੁਤ ਵਧੀਆ ਅਸੀਂ ਤਾਂ ਹਰ ਵੀਕ ਆਉਂਦੇ ਹਾਂ ਇੱਥੇ ਥੈਂਕ ਯੂ ਬਹੁਤ ਵਧੀਆ ਖਾਣਾ ਹੈ ਬਿਲਕੁਲ ਘਰ ਦੀ ਤਰ੍ਹਾਂ ਹਾਂਜੀ ਬਹੁਤ ਬਹੁਤ ਵਧੀਆ ਵੈਰੀ ਨਾਈਸ ਵਰਮਾ ਸਾਹਿਬ ਮੈਂ ਕਹਿੰਦਾ ਜੀ ਬਹਿਜਾ ਬਹਿਜਾ ਹੋਈ ਨਜ਼ਾਰਾ ਆ ਗਿਆ ਜੀ ਸਾਰਾ ਅਤੇ ਸ਼ੁਰੂ ਤੋਂ ਹੀ ਇਸੇ ਸ਼ਹਿਰ ਦੇ ਵਿੱਚੋਂ ਹਾਂਜੀ ਟੇਟਨ ਮਤਲਬ ਸਿਨਸਿਨਾਟੀ ਵਧੀਆ ਲੱਗਿਆ ਕਿਉਂ ਵਧੀਆ ਲੱਗਿਆ ਜੀ ਇਹ ਇਟਸ ਲੋਟ ਥਿੰਗ ਟੂ ਆਫਰ ਇਨ ਦਿਸ ਸਟੇਟ ਓਹਾਇਓ ਅੱਛਾ ਜੀ ਹਾਂਜੀ ਜੀ
ਠੀਕ ਹੈ ਤੁਹਾਨੂੰ ਵੀ ਵਧੀਆ ਲੱਗਿਆ ਜੀ ਸ਼ੁਰੂ ਤੋਂ ਹਾਂਜੀ ਬਹੁਤ ਅੱਛਾ ਤੇ ਇਹ ਤੋਂ ਪਹਿਲਾਂ ਇਹ ਇੰਡੀਆ ਹੀ ਸੀਗੇ ਹਾਂਜੀ ਇੰਡੀਆ ਇੰਡੀਆ ਦੇ ਵਿੱਚ ਫਿਰ ਉੱਥੋਂ ਇੱਧਰ ਆ ਗਏ ਹਾਂਜੀ ਤੇ ਕਿਵੇਂ ਲੱਗਦਾ ਪੰਜਾਬ ਦਾ ਹੁਣ ਜਾਣੇ ਹੋ ਪੰਜਾਬ ਹਾਂਜੀ ਮਿਸ ਤਾਂ ਬਹੁਤ ਕਰਦੇ ਆ ਪੰਜਾਬ ਨੂੰ ਹੱਲੇ ਵੀ ਅੱਛਾ ਜੀ ਪਰ ਹੁਣ ਇੱਥੇ ਰਹਿੰਦਾ ਹੈਗਾ ਇੱਥੇ ਵੀ ਦਿਲ ਲੱਗਣ ਲੱਗ ਗਿਆ ਪੰਜਾਬ ਪੁਲਿਸ ਨੂੰ ਤਾਂ ਨਹੀਂ ਮਿਸ ਕਰਦੇ ਉਹਨਾਂ ਨਾਲ ਜ਼ਿਆਦਾ ਨਹੀਂ ਮਿਲੇ ਅਸੀਂ ਕਦੀ ਪੰਜਾਬ ਪੁਲਿਸ ਨਾਲ ਮਿਲਿਓ ਬਣਾ ਚ ਪੰਜਾਬ ਪੁਲਿਸ ਜਿਹੜੀ ਹੈਗੀ ਉਹ ਤਾਂ ਮਤਲਬ ਐਸੀ ਵੀ ਇੱਕੋ ਇੱਕ ਪੁਲਿਸ ਹੈ ਹਾਂਜੀ ਪੂਰੀ ਦੁਨੀਆ ਦੀ ਜਿਹੜੀ ਨਹਿਰ ਵਿੱਚ ਨਹਾਉਂਦੇ ਬਈਏ ਨੂੰ ਆਵਾਜ਼ ਮਾਰ ਕੇ ਕਹਿੰਦੀ ਬਈਆ ਬਾਹਰ ਕੇ ਕੱਪੜੇ ਡਾਲੋ ਹਮਨੇ ਤੁਹਾਡੀ ਤਲਾਸ਼ੀ ਲੈਣੀ ਹੈ ਵੀ ਦੱਸੋ ਕੱਪੜੇ ਬਾਹਰ ਮੈਂ ਤਲਾਸ਼ੀ ਲੈ ਲਓ ਹਾਂਜੀ ਵਰਮਾ ਜੀ ਕੀ ਕਹਿਣਾ ਚਾਹੁੰਦੇ ਆਪਣੇ ਪੰਜਾਬੀ ਜਿਹੜੇ ਪੂਰੀ ਦੁਨੀਆਂ 'ਚ ਬੈਠੇ ਨੇ ਹਾਂਜੀ ਜਦੋਂ ਸਿਨਸਿਨਾਟੀ ਕਿਤੇ ਇੱਥੇ ਆਉਂਦੇ ਇਸ ਏਰੀਏ ਦੇ ਵਿੱਚ ਡੇਟਨ ਦੇ ਵਿੱਚ ਅਤੇ ਆਪਣੀ ਕਿਹੜੀ ਇਹ ਲੋਕੇਸ਼ਨ ਆ ਅਤੇ ਕੀ ਇਹ ਡਾਇਰੈਕਸ਼ਨ ਪੈਂਦੀ ਹੈ ਸੋ ਇਹ ਸਾਡੇ ਏਰੀਆ ਡੇਟਨ ਓਹਾਇਓ ਪੈਂਦੇ ਆ ਸੋ ਵੀ ਹੈਵ ਅ ਵੈਰੀ ਸਪੈਸ਼ਲ ਲੈਂਬ ਚੌਪਸ ਸਪੈਸ਼ਲ ਟੂ ਆਫਰ ਲੈਂਬ ਸ਼ੈਂਕਸ ਸੋ ਵੈਨ ਐਨੀ ਟਾਈਮ ਕਦੇ ਵੀ ਆ ਰਹੇ ਇਸ ਏਰੀਏ ਵਿੱਚ ਸੋ ਪਲੀਜ਼ ਵਿਜ਼ਿਟ ਅਸ ਯੂ ਮੋਰ ਦੈਨ ਵੈਲਕਮ ਹੇਅਰ ਫ੍ਰੀਵੇ ਕਿਹੜਾ ਪੈਂਦਾ ਨੇੜੇ ਜਿਹੜਾ ਹੈਗਾ ਇਹ ਹਾਈਵੇ 75 75 ਮੈਨੂੰ ਗਿਫਟ ਕਰਦੇ ਯਾਰ ਹੈ ਨਹੀਂ ਅੱਛਾ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਆਪਣਾ ਦੇਖੋ ਪੂਰੀ ਦੁਨੀਆ 'ਚ ਦੇਖ ਰਹੇ ਸੁਣ ਰਹੇ ਨੇ ਆਪਾਂ ਨੂੰ ਪੰਜਾਬੀ ਅਤੇ ਕੀ ਕਹਿਣਾ ਚਾਹੁੰਦੇ ਕੁਛ ਤੁਹਾਨੂੰ ਆਪ ਖਾਣ ਨੂੰ ਕੀ ਪਸੰਦ ਹੈ ਦੱਸੋ ਤੁਹਾਡੇ ਆਪਣੇ ਰੈਸਟੋਰੈਂਟ 'ਚੋਂ ਮੇਰਾ ਫੇਵਰੇਟ ਇੱਥੇ ਹੈਗਾ ਸ਼ੀਕ ਚਿਕਨ ਸ਼ੀਕ ਕਬਾਬ ਔਰ ਸਾਗ ਬਹੁਤ ਜ਼ਿਆਦਾ ਫੇਵਰੇਟ ਐਂਡ ਲੈਂਬ ਸ਼ਿੰਕ ਸਾਰਾ ਕੁਛ ਤੁਸੀਂ ਆਪ ਫਿਰ ਟੇਕ ਕੇਅਰ ਕਰਦੇ ਹੋ ਕੁਕਿੰਗ ਵਗੈਰਾ ਦੀ ਜੋ ਹੈਗੇ ਨੇ ਸ਼ੈਫ ਵਗੈਰਾ ਸਾਰਾ ਹਾਂਜੀ ਹਾਂਜੀ ਵਿੱਚ ਵਿੱਚ ਅਸੀਂ ਖੁਦ ਟੇਕ ਕੇਅਰ ਕਰੀਦੇ ਹੈਗੇ ਉਹਨਾਂ ਦੇ ਕੀ ਫੂਡ ਜਾ ਰਿਹਾ ਪਰ ਕਸਟਮਰ ਦੀ ਟੇਕ ਕੇਅਰ ਵੀ ਕਰੀਦੀ ਹੈ ਕੀ ਫੂਡ ਕਸਟਮਰ ਨੂੰ ਸਰਵ ਹੋ ਰਿਹਾ ਕਿਸ ਤਰ੍ਹਾਂ ਹੋ ਰਿਹਾ ਹੈਗਾ ਪਲੇਟ 'ਤੇ ਡੈਕੋਰੇਸ਼ਨ ਕਿਸ ਤਰ੍ਹਾਂ ਹੈਗੀ ਹੈ ਆਲ ਟੁਗੈਦਰ ਅਸੀਂ ਖੁਦ ਟੇਕ ਕੇਅਰ ਨਾਲ ਕਰਦੇ ਹਾਂ ਚਲੋ ਬੋਫੇ ਕਿੰਨੇ ਤੋਂ ਕਿੰਨੇ ਹੁੰਦਾ ਜੀ ਬੋਫੇ ਸ਼ਾਮ ਨੂੰ ਹੁੰਦਾ ਕਿ ਸਵੇਰੇ ਸਵੇਰੇ ਬੋਫੇ ਓਨਲੀ ਲੰਚ ਲੰਚ ਟਾਈਮ ਹੁੰਦੇ ਸਰ ਹਾਂਜੀ 11 to 2:30 ਠੀਕ ਹੈ ਜੀ ਹਾਂਜੀ ਚਲੋ ਜੀ ਬੜੀ ਮਿਹਰਬਾਨੀ ਅਤੇ ਮੈਂ ਮਾੜਾ ਜਿਹਾ ਉਹ ਮੁੰਡੇ ਨੂੰ ਕਹਿ ਦਿਓ ਉੱਧਰ ਮੈਂ ਤਾਂ ਨਹੀਂ ਮਤਲਬ ਜਮ੍ਹਾਂ ਬਹੁਤ ਸ਼ਰੀਫ ਬੰਦਾ ਜੀ ਮੈਂ ਉਹ ਮੇਰੇ ਸਾਹਿਬ ਵਾਸਤੇ ਥੋੜ੍ਹਾ ਸਮਾਨ ਸੁਣ ਲਿਆ ਐਬਸੋਲੂਟਲੀ ਐਬਸੋਲੂਟਲੀ ਵੀ ਰਾਈਟ ਇਨ ਦਾ ਕਾਰ ਗੱਡੀ 'ਚ ਭਰਨੇ ਆਪਾਂ ਨਹੀਂ ਜੀ ਕੋਈ ਨੂੰ ਆਪਾਂ ਕਹਿੰਦੇ ਸਿਆਣੇ ਕਹਿੰਦੇ ਆਪਣੇ ਹੱਥੀਂ ਕੰਮ ਕਰਨਾ ਚਾਹੀਦਾ ਹੁਣ ਗੱਡੀ 'ਚ ਹੋ ਸਕਦਾ ਮੈਂ ਜ਼ਿਆਦਾ ਰੱਖਣਾ ਮੈਂ ਤੁਸੀਂ ਥੋੜ੍ਹਾ ਰੱਖ ਦਿਉ ਫਿਰ ਕੰਮ ਖਰਾਬ ਚਲੋ ਮੈਂ ਦੇਖ ਲੈਂਦਾ ਜੀ ਮਾੜਾ ਜਿਹਾ ਮਿਲਦਾ ਤੁਹਾਨੂੰ ਠੀਕ ਹੈ ਲਓ ਜੀ ਅਸਲੀ ਕੰਮ ਜਿਹੜਾ ਉੱਧਰ ਆ ਗਏ ਹੁਣ ਕੋਈ ਦੇਖਦਾ ਨਹੀਂ ਹੈ ਇਹ ਬੋਤਲਾਂ ਵੱਡੀਆਂ ਪਤਾ ਨਹੀਂ ਕਿਉਂ ਨਹੀਂ ਰੱਖੀਆਂ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਆਪਾਂ ਦੋ ਲੈ ਲੈਂਦੇ ਹਾਂ ਆਹ ਠੀਕ ਆ ਮੇਰੇ ਖਿਆਲ ਇੱਕ ਤਾਂ ਕਾਲਾ ਲੇਬਲ ਲੱਗਿਆ ਇਹਨੂੰ ਲੱਗਿਆ ਹੈਗਾ ਕੋਈ ਹੋਰ ਲੇਵਲ ਚਲੋ ਕੋਈ ਹੋਇਆ ਕੋਈ ਨਹੀਂ ਦੇਖਦਾ ਚਲੋ ਯਾਰ ਸਮਾਨ ਥੋੜ੍ਹਾ ਲੱਗਦਾ ਤਾ ਚਲੋ ਹਾਥੀ ਮੇਰੇ ਘਰ ਕੰਮ ਆ ਚੁੱਕਦੇ ਕਿਆ ਬਾਤ ਚੰਗਾ ਜੀ ਵਰਮਾ ਜੀ ਅਤੇ ਉਹ ਨਾ ਜੀ ਵੈਸੇ ਬਸ ਥੈਂਕ ਯੂ ਫੋਰ ਦਾ ਗਿਫਟ ਐਂਡ ਦਿਸ ਇਜ਼ ਫਾਰ ਮਾਈ ਬੋਸ ਸਾਹਿਬ ਵਾਸਤੇ ਲੈ ਕੇ ਚੱਲਿਆ ਜੀ ਮੈਂ ਤਾਂ ਖਾਂਦਾ ਪੀਂਦਾ ਨਹੀਂ ਕੁਛ ਸਾਹਿਬ ਲਾਲਾ ਜੀ ਛੱਡਦਾ ਰਹਿੰਦਾ ਚਲੋ ਥੈਂਕ ਯੂ ਵੈਰੀ ਮੱਚ ਜੀ ਗਿਫਟ ਦੇਣ ਵਾਸਤੇ